ਕੀ ਹਾਲ ਹੈ ਸਭ ਦੇ ਠੀਕ ਠਾਕ ਰਾਜੀ ਖੁਸ਼ੀ ਵਧੀਆ ਲੱਗ ਰਿਹਾ ਬਾਈ ਤੁਹਾਡਾ ਗੱਲਾਂ ਕਰਦਾ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਯਾਰ ਕਮੈਂਟ ਕਮੈਂਟ ਛੱਡ ਦਿਆ ਕਰੋ ਅੱਗੇ ਵੀ ਕਿਹਾ ਮਿਹਨਤ ਲੱਗਦੀ ਆ ਹੰਗਾਰਾ ਭਰਦੇ ਰਿਹਾ ਕਰੋ ਬਾਈ ਤੁਸੀਂ ਸਾਰਿਆਂ ਨੇ ਸ਼ੇਖ ਬੈਠੇ ਦੇਖੇ ਉੱਥੇ ਆਈਪੀਐਲ ਦੀ ਆਕਸ਼ਨ ਚੱਲ ਰਹੀ ਸੀ ਟੀਮਾਂ ਵਿਚਾਲੇ ਬੈਠੀਆਂ ਸੀ ਆਲੇ ਦੁਆਲੇ ਸ਼ੇਖ ਬੈਠੇ ਸੀ ਪੈਸਾ ਬਹੁਤ ਆ ਉਹਨਾਂ ਕੋਲੇ ਪਰ ਸ਼ੇਖਾਂ ਨੇ ਇਹ ਕਹਿੰਦੇ ਵਰਲਡ richest cricket league ਸ਼ੁਰੂ ਕਰਨੀ ਆ IPL ਤੋਂ ਵੀ ਵੱਡੀ ਤੇ ਇਹ ਕਰ ਵੀ ਸਕਦੇ ਨੇ ऑयल ਦਾ ਮਾਫੀਆ ਵਾ ਅਕਸਰ ਉਹ ਫੁੱਟਬਾਲ ਲੀਗ ਸ਼ੁਰੂ ਕੀਤੀ ਇਹਨਾਂ ਨੇ ਕੀ ਬਾਤ ਹੈ 사ウਦੀ ਅਰੇਬੀਆ ਚ ਸ਼ਾਈ ਪਈ ਨੇ ਉਹ ਤੇ ਫਿਰ ਉਸ ਤੋਂ ਬਾਅਦ ਇਹਨਾਂ ਨੇ ਸ਼ੁਰੂ ਕੀਤੀ ਆਪਣੀ ਲਿਵ ਗੋਲਫ ਐਲਾਈਵ ਗੋਲਫ ਕਰਕੇ ਕੁਛ ਆ ਉਹ ਵੀ ਬੜੀ ਸ਼ਾਈ ਪਈ ਆ ਉਹਨਾਂ ਨੇ ਉਹਦੇ ਚ ਵੀ ਬਹੁਤ ਪੈਸਾ ਇਨਵੈਸਟ ਕੀਤਾ ਤੇ ਪਰ ਇਹਨਾਂ ਨੇ ਇਹ ਰਿਪੋਰਟ ਡਿਨਾਈ ਕੀਤੀ ਆ ਕਿ ਹਜੇ ਅਸੀਂ ਨਹੀਂ ਕਰ ਰਹੇ ਹੈਗੇ ਫਿਰ ਵੀ ਉਹਨਾਂ ਨੇ ਇਹੀ ਕਿਹਾ ਕਿ ਹਜੇ ਅਸੀਂ ਨਹੀਂ ਕਰ ਰਹੇ ਹੈਗੇ ਵੈਸੇ ਤਾਂ ਰਾਈਟ ਨਾ ਉਹ ਕਰ ਵੀ ਨਹੀਂ ਸਕਦੇ ਹੈਗੇ ਦੁਬਈ ਵਾਲਿਆਂ ਨੇ ਸ਼ੁਰੂ ਕੀਤੀ ਹੋਈ ਆ ਜਿਹੜੀ ਸਾਊਦੀ ਅਰੇਬੀਆ ਪਤਾ ਨਹੀਂ ਦੁਬਈ ਦੀ ਇੰਟਰਨੈਸ਼ਨਲ ਲੀਗ ਚੱਲਦੀ ਆ ਉਹ ਵੀ ਤਾਂ ਕਰ ਲਈ ਇਹਨਾਂ ਨੇ ਕਿਉਂਕਿ ਉਹ ਆਈਸੀਸੀ ਦੇ ਇੱਕ ਰੂਲ ਤੋਂ ਪਹਿਲਾਂ ਹੀ ਆ ਉਹ ਰੂਲ ਕਿਹੜਾ ਵਾ ਕਿ ਕੋਈ ਵੀ ਕੰਟਰੀ ਚ ਜਿਹੜੀ ਚ ਲੀਗ ਹੋਣੀ ਆ ਸਿਰਫ 4 ਫੋਰਨ ਪਲੇਅਰ ਖੇਡ ਸਕਦੇ ਨੇ ਹਨਾ ਬਟ ਜਿਹੜੀ ਯੂਏਈ ਚ ਇੰਟਰਨੈਸ਼ਨਲ ਕ੍ਰਿਕਟ ਲੀਗ ਚੱਲਦੀ ਆ T20 ਵਾਲੀ ਉਹਦੇ ਚ ਇਹ ਰੂਲ ਨਹੀਂ ਹੈਗਾ ਕਿਉਂਕਿ ਆਈਸੀਸੀ ਦਾ 4 ਪਲੇਅਰ ਵਾਲਾ ਰੂਲ ਬਾਅਦੋਂ ਆਇਆ ਸੀਗਾ ਤਾਂ ਸਾਊਦੀ ਅਰੇਬੀਆ ਕੋਲੇ ਰਾਈਟ ਨਾਉ ਇੰਨਾ ਸਟਰੋਂਗ ਡੋਮੈਸਟਿਕ ਪਲੇਅਰ ਨਹੀਂ ਹੈਗੇ ਕਿ ਜੇ ਇਹ ਇੰਨੀ ਵੱਡੀ ਲੀਗ ਹੋਲਡ ਕਰ ਸਕਣ ਪਰ ਇਹਨਾਂ ਨੇ ਇਹਨਾਂ ਜ਼ਰੂਰ ਕਿਹਾ ਵਾ ਕਿ ਸਾਊਦੀ ਅਰੇਬੀਆ ਦੇ ਵਿੱਚ ਕ੍ਰਿਕਟ ਬਹੁਤ ਵਧ ਰਹੀ ਆ ਅਸੀਂ ਇੰਟਰਨੈਸ਼ਨਲ ਗਰਾਊਂਡਸ ਵੀ ਬਣਾ ਰਹੇ ਆ ਤੇ ਸਾਰਾ ਕੁਝ ਕਹਿਣਾ ਵਾ ਉਹਨਾਂ ਦੇ ਰਾਇਲ ਹਾਈਨੈਸ ਪ੍ਰਿੰਸ ਸਾਊਥ ਬਨ ਮਿਸ਼ਾਲ ਅਲ ਸਾਊਦ ਚੇਅਰਮੈਨ ਨੇ ਉਹ ਸਾਊਦੀ ਅਰੇਬੀਆ ਕ੍ਰਿਕਟ ਫੈਡਰੇਸ਼ਨ ਦੇ ਫॉर ਨਾਓ ਤਾਂ ਉਹਨੇ ਇਹ ਰਿਪੋਰਟਾਂ ਨੂੰ ਡਿਨਾਈ ਕਰਤਾ ਵਾ ਪਰ ਸ਼ੇਖਾ ਕੋਲੇ ਪੈਸਾ ਹੀ ਬਹੁਤ ਆ ਪੈਸਾ ਹੀ ਪੈਸਾ ਹੈ ਉਡਾएंगे ਕ੍ਰਿਕਟ ਤੇ ਨਹੀਂ ਉਡਾएंगे ਹੋਰ ਕਿਸਪੇ ਉਡਾएंगे ਫੁੱਟਬਾਲ ਤੇ ਹੜਾਤਾ ਵਾ ਗੋਲਫ ਤੇ ਹੜਾਤਾ ਵਾ ਅੱਗੇ ਬੂਮ ਕੀ ਕਰ ਰਿਹਾ ਵਾ ਕ੍ਰਿਕਟ ਹਾਈ ਪ੍ਰੋਫਾਈਲ ਕ੍ਰਿਕਟ ਲੀਗ ਤਾਂ ਮੈਨੂੰ ਪਤਾ ਨਹੀਂ ਪਰ ਇਹਨਾਂ ਨੇ ਆਕਸ਼ਨ ਬਹੁਤ ਵਧੀਆ ਹੋਲਡ ਕੀਤੀ ਆ ਜਦਾ ਦੇ ਵਿੱਚ ਕਹਿੰਦੇ ਸਾਡਾ ਮੇਜਰ ਸਟੈਪ ਸੀਗਾ ਇਹ ਫਾਸਟ ਟਰੈਕ ਕਰੂਗਾ ਸਾਡੇ ਇੰਟਰਨੈਸ਼ਨਲ ਲੈਵਲ ਦੇ ਸਟੇਡੀਅਮ ਬਣਾਉਣ ਦੇ ਲਈ ਅਸੀਂ ਆਪਣੀ ਕੰਟਰੀ ਦੀ ਟੀਮ ਵੀ ਬਣਾਵਾਂਗੇ ਹੁਣ ਇੱਥੇ ਦੇਖੋ bro ਇਹ ਯੂਐਸ ਵਾਲਾ ਹਾਲ ਤਾਂ ਨਹੀਂ ਮੈਨੂੰ ਲੱਗਦਾ ਕਰਦੇ ਯੂਐਸ ਦੇ ਵਿੱਚ ਟੁੱਟੀ ਪੱਜੀ ਪਿਚ ਬਣਾ ਕੇ ਵਰਲਡ ਕੱਪ ਕਰਾ ਸਕਦੇ ਨੇ ਇਹ ਤਾਂ ਕਹਿੰਦੇ ਨੇ ਅਸੀਂ ਤੁਹਾਨੂੰ ਇੰਟਰਨੈਸ਼ਨਲ ਲੈਵਲ ਦਾ ਦੇਵਾਂਗੇ ਤੇ ਇੱਥੇ ਆ ਕੇ ਟੀਮਾਂ ਖੇਡਣ ਇਹਨਾਂ ਨੇ ਪਹਿਲਾ ਆਈਪੀਐਲ ਵੀ ਕਰਾਇਆ ਕਹਿੰਦੇ ਅਸੀਂ ਹੁਣ ਵੀ ਚਾਹੁੰਦੇ ਹਾਂ ਕਿ ਸਾਡੇ ਕੋਲੇ ਆਈਪੀਐਲ ਆਵੇ 사우ਦੀ ਅਰੇਬੀਆ ਨੇ ਵੈਸੇ ਆਈਪੀਐਲ ਦੇ ਵਿੱਚ ਵੀ ਬਹੁਤ ਸਪਾਂਸਰਸ਼ਿਪ ਰੱਖੀਆਂ ਨੇ ਉਹਨਾਂ ਦੀ ਕੰਪਨੀਆਂ ਆਰਮ ਕੋ ਸਾਊਦੀ ਟੂਰਿਸਟ ਉਹਨਾਂ ਨੇ ਤੁਸੀਂ ਸਾਰਿਆਂ ਨੇ ਦੇਖ ਹੀ ਲੀਆਂ ਹੋਣੀਆਂ ਨੇ ਵਿਜ਼ਿਟ ਸਾਊਦੀ ਹੈਨਾ ਓਬਵੀਅਸਲੀ ਫਿਰ ਆਈਪੀਐਲ ਦੇ ਵਿੱਚ ਉਹਨਾਂ ਨੇ ਇੰਨਾ ਜ਼ਿਆਦਾ ਆਪਣੇ ਪੈਸੇ ਲਾਏ ਨੇ ਤਾਂ ਆਪਣੀ ਕੰਟਰੀ 'ਚ ਛੇਤੀ ਹੀ ਐਡੀ ਵੱਡੀ ਲੀਗ ਸ਼ੁਰੂ ਕਰ ਸਕਦੇ ਨੇ ਹਜੇ ਤੱਕ DNA ਹੋ ਗਿਆ ਪਰ ਇਹ ਕੋਈ ਹੈਰਾਨੀ ਦੀ ਗੱਲ ਨਹੀਂ ਹੋਊਗੀ ਕਿ ਅਗਲੇ 4-5 ਸਾਲਾਂ ਦੇ ਵਿੱਚ ਆਪਾਂ ਨੂੰ ਆਈਪੀਐਲ ਤੋਂ ਵੀ ਵੱਡੀ ਰਿਚੈਸਟ ਵਰਲਡ ਲੀਗ ਆਫ ਕ੍ਰਿਕਟ ਦੇਖਣ ਨੂੰ ਮਿਲੇ ਚਲੋ ਹੁਣ ਸਾਊਦੀ ਦੀ ਗੱਲ ਕਰ ਹੀ ਰਹੇ ਹਾਂ ਉਹਨਾਂ ਦੇ ਗੁਵੰਢੀ ਦੇਸ਼ ਪਾਕਿਸਤਾਨ ਨੇ ਚੈਂਪੀਅਨ ਟਰਾਫੀ ਹੋਸਟ ਕਰਨੀ ਹੈ ਪਰ ਉੱਥੇ ਸਾਰਾ ਕੁਸਮਾਨ ਪਿਆ ਹੋਇਆ ਕੁਸਮਾਨ ਪਾਉਣ ਵਾਲੇ ਕੌਣ ਨੇ ਮਹਾਬਲੀ ਹਿੰਦੁਸਤਾਨ ਬੀਸੀਸੀਆਈ ਇੰਡੀਅਨ ਕ੍ਰਿਕਟ ਟੀਮ ਉਹਨਾਂ ਨੇ ਪੂਰਾ ਕੁਸਮਾਨ ਪਤਾ ਕਿ ਅਸੀਂ ਤੁਹਾਡੇ ਘਰੇ ਨਹੀਂ ਆਉਣਾ ਸਾਨੂੰ ਇੱਥੇ ਸੇਫਟੀ ਇਸ਼ੂਜ਼ ਹੈਗੇ ਨੇ ਅਸੀਂ ਨਹੀਂ ਖੇਡਾਂਗੇ ਤਾਂ ਨਹੀਂ ਖੇਡਾਂਗੇ ਪਰ ਤੁਸੀਂ ਸਾਡਾ ਜਾਂ ਤਾਂ ਹਾਈਬ੍ਰਿਡ ਮਾਡਲ ਅਪਣਾਓ ਦਾ ਆਪਣੀ ਕੰਟਰੀ ਤੋਂ ਹੀ ਬਾਹਰ ਲੈ ਜਾਓ ਤੁਸੀਂ ਨਾ ਹੀ ਹੋਸਟ ਕਰੋ ਤੇ ਇਹ ਗੱਲ ਲੈ ਕੇ ICC ਵੀ ਉਹਨਾਂ ਨੂੰ ਪ੍ਰਪੋਜ਼ ਕਰਨ ਜਾ ਰਹੀ ਆ ਆਹ ਵੀਕਐਂਡ ਤੇ ਉਹਨਾਂ ਦੀ ਮੀਟਿੰਗ ਹੋਣੀ ਆ ਨਵੰਬਰ 29 ਨੂੰ ਕਿ ਵੀ ਜਾਂ ਤਾਂ ਤੁਸੀਂ ਹਾਈਬ੍ਰਿਡ ਮਾਡਲ ਅਪਣਾ ਲਓ ਥੋੜੇ ਜੇ ਮੈਚ ਪਾਕਿਸਤਾਨ ਤੋਂ ਬਾਹਰ ਕਰਾ ਲਓ ਇੰਡੀਆ ਦੇ ਜਿੰਨੇ ਮੈਚ ਨੇ ਉਹ ਬਾਹਰ ਕਰਾ ਲਓ ਸੈਮੀਫਾਈਨਲ ਇੱਕ ਬਾਹਰ ਰੱਖ ਲਓ ਤੇ ਫਾਈਨਲ ਬਾਹਰ ਰੱਖ ਲਓ ਪਰ ਰਿਪੋਰਟਾਂ ਇਹ ਆ ਰਹੀਆਂ ਨੇ ਕਿ ਪਾਕਿਸਤਾਨ ਵੀ ਮੰਨਣ ਨੂੰ ਤਿਆਰ ਨਹੀਂ ਹੈਗਾ ਕਿ ਅਸੀਂ ਬਾਹਰ ਚਲੇ ਜਾਵਾਂਗੇ ਪਰ ਗੱਲ ਵੀ ਠੀਕ ਹੈ ਯਾਰ ਗਰੀਬਾਂ ਨੂੰ ਮਸਾ ਦਾ ਰੋਟੀ ਮਿਲੀ ਆ ਹਨਾ ਥੋੜਾ ਬੋਤਾ ਕ੍ਰਿਕਟ ਦਿਖਾ ਦੇਣਗੇ ਉਹਨਾਂ ਪੁਕੇਟੇ ਡ ਭਰ ਜਾਣਗੇ ਉਹਨਾਂ ਦੇ ਥੋੜੇ ਕ੍ਰਿਕਟਰਸ ਨੂੰ ਵੀ ਪੈਸੇ ਆਉਣ ਲੱਗ ਜਾਣਗੇ ਬੋਰਡ ਗਰੀਬ ਆ ਯਾਰ ਉਹਨਾਂ ਦਾ ਬੀਸੀਸੀਆਈ ਵਾਲਿਓ ਮੰਨ ਜੋ ਯਾਰ ਵਿਚਾਰਿਆਂ ਨੂੰ ਦੋ ਚਾਰ ਮੈਚ ਖੜਾ ਦਿਓ ਹਨਾ ਪਾਕਿਸਤਾਨ ਵਾਲੇ ਲਾਹੌਰ ਚ ਖੇਡਣ ਇੰਡੀਆ ਵਾਲੇ ਵੀ ਥੋੜਾ ਖੁਸ਼ ਹੋ ਕੇ ਆਉਣ ਪਰ ਇਹ ਗੱਲ ਆਪਾਂ ਨੂੰ ਸਾਰਿਆਂ ਨੂੰ ਪਤਾ ਕਿ ਇਦਾਂ ਹੋਊਗਾ ਨਹੀਂ ਬੀਸੀਸੀਆਈ ਤਰਸ ਨਹੀਂ ਕਰਦੀ ਜੈਸ਼ਾ ਝੁਕੇਗਾ ਨਹੀਂ ਤੇ ਆਈਸੀਸੀ ਇਹਨਾਂ ਦਾ ਵਿਚੋਲਾ ਬਣਿਆ ਹੋਇਆ ਵਾ ਕਿ ਕੰਪਰੋ ਕਰ ਲੋ ਗਾਈਜ਼ ਦੇਖੋ ਕੀ ਹੁੰਦਾ ਵਾ ਤੇ ਉਹਨਾਂ ਨੇ 14 ਮੈਂਬਰਾਂ ਦੀ ਇੱਕ ਬੋਰਡ ਮੀਟਿੰਗ ਰੱਖੀ ਆ ਉਹਦੇ ਵਿੱਚ VOTING ਵੀ ਹੋਊਗੀ ਕਿਹੜਾ ਮਾਡਲ ਆਪਾਂ ਲੈ ਕੇ ਚੱਲੀਏ ਪਰ ਜੇ VOTING ਵੀ ਹੋਈ ਇੰਡੀਆ ਦੇ ਖਿਲਾਫ ਕਿਹੜਾ ਭੁਗਤਜੂਗਾ ਤੇ ਪਾਕਿਸਤਾਨ ਆਪਦੇ ਲਈ ਕਹਿ ਸਕਦਾ ਕਿ ਯਾਰ ਸਾਨੂੰ 24 25 ਘੰਟੇ ਦੇ ਦਿਓ ਆਪਣੀ ਗਵਰਨਮੈਂਟ ਦੇ ਨਾਲ ਗੱਲ ਕਰ ਲਈ ਹੈ ਵੀ ਕੀ ਕਹਿੰਦੇ ਨੇ ਉਹ ਜੇ ਉਹ ਸਾਰਾ ਕੁਝ ਨਹੀਂ ਮੰਨਦੇ ਤਾਂ ਇਹ ਟਰੋਫੀ ਪਾਕਿਸਤਾਨ ਦੀ ਜਗ੍ਹਾ ਯੂਏ ਵੀ ਜਾ ਸਕਦੀ ਹੈ ਤੇ ਸਾਊਥ ਅਫਰੀਕਾ ਨੂੰ ਵੀ ਅਪਰੋਚ ਕੀਤਾ ਜਾ ਸਕਦਾ ਵਾ ਤੇ ਉਹਨਾਂ ਨੂੰ ਵੈਸੇ ਇਹ ਗੱਲ ਜਰੂਰ ਕਹੀ ਗਈ ਹੈ ਕਿ ਤੁਹਾਨੂੰ ਡਿਸਕਸ਼ਨ ਦਾ ਪਾਰਟ ਰੱਖਾਂਗੇ ਜੇ ਪਾਕਿਸਤਾਨ ਨਹੀਂ ਮੰਨਿਆ ਤਾਂ ਪਾਕਿਸਤਾਨ ਤੋਂ ਬਿਨਾ ਆਈਸੀਸੀ ਟਰੋਫੀ ਜਰੂਰ ਹੋ ਸਕਦੀ ਹੈ ਪਰ ਇੰਡੀਆ ਤੋਂ ਬਿਨਾ ਆਈਸੀਸੀ ਟਰੋਫੀ ਨਹੀਂ ਹੋ ਸਕਦੀ ਕਿਉਂਕਿ ਮਹਾਬਲੀ ਪੂਰੇ ਕ੍ਰਿਕਟ ਜਗਤ ਦਾ ਇੰਡੀਆ ਹੀ ਆ ਤੇ ਬਾਈ ਇਹ ਸਭ ਦੇ ਵਿੱਚ ਸ਼੍ਰੀਲੰਕਾ ਏ ਟੀਮ ਪਾਕਿਸਤਾਨ ਦੀ ਸ਼ਾਹੀਨ ਟੀਮ ਦੇ ਨਾਲ ਖੇਡ ਰਹੀ ਸੀ ਬਟ ਡੂ ਟੂ ਪੋਲੀਟਿਕਲ ਅਨਰੈਸਟ ਕੋਈ ਤਣਾਅ ਹੋਇਆ ਨਹੀਂ ਉਹਨਾਂ ਦੀ ਗਵਰਨਮੈਂਟ ਦੇ ਵਿੱਚ ਉਹਨਾਂ ਨੇ ਵੀ ਇਸ ਸੀਰੀਜ਼ ਤੋਂ ਵਿਡਰੋ ਕਰ ਲਿਆ ਵਾ ਉਹਨਾਂ ਦੀ ਇਹ ਪੰਜ ਮੈਚਾਂ ਦੀ ਸੀਰੀਜ਼ ਦੇ ਵਿੱਚ ਚਾਰ ਦਿਨਾਂ ਦੇ ਦੋ ਮੈਚ ਸੀਗੇ ਤੇ ਤਿੰਨ 50 ਓਵਰ ਮੈਚ ਹੋਣੇ ਨੇ ਬਟ ਉਹਨਾਂ ਨੇ ਦੋ ਜਿਹੜੇ ਚਾਰ ਦਿਨਾਂ ਵਾਲੇ ਮੈਚ ਨੇ ਉਹ ਤਾਂ ਖੇੜ ਲਏ ਇੱਕ 50 ਓਵਰ ਵਾਲਾ ਮੈਚ ਵੀ ਖੇੜ ਲਿਆ ਬਾਕੀ ਜਿਹੜੇ ਦੋ 50 ਓਵਰ ਵਾਲੇ ਮੈਚ ਨੇ ਉਹਨਾਂ ਨੇ ਪੁੱਲ ਆਊਟ ਕਰਕੇ ਵਿਡਰੋ ਕਰ ਲਿਆ ਵਾ ਇਸ ਸੀਰੀਜ਼ ਦੇ ਵਿੱਚੋਂ ਤੇ ਹੁਣ ਇਹ ਸਾਰੇ ਦੇ ਵਿੱਚ ਚੈਂਪੀਅਨ ਟਰੋਫੀ ਦੀ ਵੀ ਗੱਲਾਂ ਹੋ ਰਹੀਆਂ ਨੇ ਤਾਂ ਮੈਨੂੰ ਨਹੀਂ ਲੱਗਦਾ ਕਿ ਪਾਕਿਸਤਾਨ ਇੱਥੇ ਕੋਈ ਸਟੈਂਡ ਰੱਖਦਾ ਵਾ ਤੇ ਲੈਟਸ ਟੇ ਕਰੂਗਾ ਇਹ ਟੂਰਨਾਮੈਂਟ ਜਾਂ ਇੰਡੀਆ ਉਧਰ ਨੂੰ ਜਾਊਗਾ ਜਾਂ ਇੰਡੀਆ ਵਾਲੇ ਜਮਾ ਹੀ ਨਹੀਂ ਜਾਣਗੇ ਤੇ ਹਾਈਬ੍ਰਿਡ ਮਾਡਲ ਹੋਊਗਾ ਜਾਂ ਇਹ ਸਾਰਾ ਤਾਮ-ਜਾਮ ਚਾਕੇ ਸਾਊਥ ਅਫਰੀਕਾ ਚਲੇ ਜਾਣਗੇ ਆਪਣੇ ਬੈਟ ਜਾਂ ਆਪਣੇ ਵਿਊਜ਼ ਥੱਲੇ ਕਮੈਂਟਾਂ ਦੇ ਵਿੱਚ ਜਰੂਰ ਦਿਓ ਧੰਨਵਾਦ ਤੁਹਾਡਾ ਵੀਡੀਓ ਦੇਖਣ ਦੇ ਲਈ ਹੰਗਾਰਾ ਭਰਦੇ ਰਹੋ ਕੇਟੀਡੀ ਵਿਧਾਰਮਨ ਦੇਖਦੇ ਰਹੋ ਧੰਨਵਾਦ ਤੁਹਾਡੇ ਸਭ ਦਾ ਰੱਬ ਰਾਖਾ ਸਤਿ ਸ਼੍ਰੀ ਅਕਾਲ